ਤੇ ਮੈਂ ਕਿਹਾ ਅੱਜ ਅਸੀਂ ਚੱਲੇ ਆ ਨਵਦੀਪ ਦੀ ਭੈਣ ਕੋਲ। ਹਾਂ ਸਾਰੇ ਜਣੇ ਕਹਿੰਦੇ ਰਹਿੰਦੇ ਸੀ ਕਿ ਤੁਸੀਂ ਜਾਂਦੇ ਨਹੀਂ ਜਾਂਦੇ ਨਹੀਂ ਚਟਾ। ਮੈਂ ਦੋ ਸੀ ਤੇ ਜਾਂਦੀ ਰਹਿ ਗੰਜਾਏ ਪਹੁੰਚ ਹੀ ਗਏ ਫਾਈਨਲੀ ਘੁੰਮ ਘਮਾ ਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ ਤੁਹਾਡੇ? ਅਸੀਂ ਤਾਂ ਬਿਲਕੁਲ ਠੀਕ ਠਾਕ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਚੱਲੇ ਹਾਂ ਨਵਦੀਪ ਦੀ ਨਿੱਕੀ ਭੈਣ ਕੋਲ, ਅਤੇ ਨਵਦੀਪ ਮੇਰੇ ਖਿਆਲ ਨਾਲ ਤਿਆਰ ਹੋਏ ਗਈ ਹੈ, ਘੁੰਮਦੀ ਡਈ ਆਵਾਜ਼ ਆਉਣ, ਉਹਨੂੰ ਡਈ ਹੋਣੀ ਤਿਆਰ ਕਰਨ। ਆ ਜਾਓ ਵੇਹਨੇ ਆਪਣਾ ਕੀ ਕਰਨ ਡਏ ਨੇ। ਜੁੜਾ ਹੁਣ ਡਿਆ ਏ ਸੂਟ ਬੜਾ ਸੋਹਣਾ ਪਾਇਆ ਅਗਮ ਨੇ। ਅਗਮ ਦਾ ਸੂਟ ਦੱਸਿਓ ਭਲਾ ਕਿੰਨਾ ਕੁ ਸੋਹਣਾ ਵਾ, ਸਾਰੇ ਜਣੇ ਕਮੈਂਟ ਕਰਕੇ ਦੱਸਿਓ ਅਗਮ ਦਾ ਸੂਟ ਕਿੰਨਾ ਸੋਹਣਾ। ਤੇ ਇਹ ਦੱਸਿਓ ਵੀ ਸੂਟ ਸੋਹਣਾ ਲੱਗਣ ਡਿਆ ਕਿ ਅਗਮ ਸੋਹਣਾ ਲੱਗਣ ਡਿਆ ਵਾ? ਮੈਨੂੰ ਤੇ ਅਗਮ ਸੋਹਣਾ ਲੱਗਣ ਡਿਆ ਏ। ਚੱਲ ਸੂਟ ਸਹੀ ਕਰ। ਤੇ ਮੈਂ ਕਿਹਾ ਅੱਜ ਅਸੀਂ ਚੱਲੇ ਹਾਂ ਨਵਦੀਪ ਦੀ ਭੈਣ ਕੋਲ। ਹਾਂ ਸਾਰੇ ਜਣੇ ਕਹਿੰਦੇ ਰਹਿੰਦੇ ਸੀ ਕਿ ਤੁਸੀਂ ਜਾਂਦੇ ਨਹੀਂ ਜਾਂਦੇ ਨਹੀਂ, ਹੁਣ ਅਸੀਂ ਚੱਲੇ ਹਾਂ ਫਿਰ ਨਾਲ ਤਾਂ ਮੈਂ ਉਹਨਾਂ ਨਾਲ ਹੀ ਮਿਲਾਵਾਂਗੇ। ਕਰੋ ਮਹਾਭਾਰਤ ਲੱਗੀ ਰਹਿੰਦੀ ਹੈ। ਨਾ ਪੁੱਤ ਕੀ ਹੋਣ ਡਿਆ? ਅੱਛਾ ਤੋੜ ਹੀ ਨਾ ਦਈ ਕਿਤੇ। ਜਿਹੜੇ ਕੱਲ ਸੀ ਤਾਹ ਵਾਲਾ ਕੋਈ ਫਾਇਦਾ ਨੀ ਗਿਆ ਮੇਰਾ ਹੁਣ ਦਿਹਾੜੀ ਪਾਣੀ। ਚੱਲ ਓਦਾਂ ਰੁਪਈਆ 500-600 ਬਚ ਗਿਆ ਕਿ ਵੱਧ? ਬਹੁਤ ਸੋਹਣਾ ਅਨੁਦੀਪ ਨੇ ਕੱਲ ਸੀਤਾ ਸੋਹਣੀ। ਉਹ ਵੇਖੀ ਤੇ ਸੱਚੀ ਨਾ ਕਰਦੇ ਕੰਮ। ਪੈਸੇ ਵੇਖੀ ਪੰਜ ਕਿੰਨੇ ਨੇ? ਚੱਲ ਠੀਕ ਹੈ ਹੁਣ ਇਹਦੇ ਲਈ ਵੇਖੀ ਜਾ।
ਹਨਾ ਆਗਮ ਵਾਕਈ ਆ ਕੁਛ ਵੀ ਨਹੀਂ ਲਿਫਾਫਿਆਂ ਨਾਲ ਹੀ ਭਰਿਆ ਏ ਚਲੋ ਲਿਆਓ ਤੇ ਰੱਖੋ ਫਿਰ ਹਾਂ ਅਗਮ ਤੇਰਾ ਟਰੈਕਟਰ ਬਾਹਰ ਹੀ ਲੈ ਜਾਂਦਾ ਹੁਣ ਉਹਨੇ ਤਾਂ ਤੁਹਾਡੇ ਲਾਗੇ ਲਾਇਆ ਚੇਚਾ ਅੰਦਰੋਂ ਅੱਛਾ ਉਹਦਾ ਕੁੰਡਾ ਲਾ ਦੇਣਾ ਕੁੰਡਾ ਲਾ ਕੇ ਜਾਵਾਂਗੇ ਪੂਰੇ ਨੂੰ ਚਲੋ ਫਿਰ ਹਾਂ ਕਰੋ ਅੰਦਰੋਂ ਹਾਂ ਨਹੀਂ ਕਰਨਾ ਨਹੀਂ ਉੱਥੇ ਹੀ ਉੱਥੇ ਹੀ ਉਹ ਲਾਗੇ ਲਾ ਦੇ ਉਹ ਟਾਇਰ ਦੇ ਲਾਗੇ ਲਾ ਦੇ ਸ਼ਾਮੀ ਹੋ ਜਾਏਗਾ ਉੱਥੇ ਉੱਥੇ ਉਹਦੇ ਲਾਗੇ ਰਹਿੰਦੇ ਯਾਰ ਆਇਓ ਫਿਰ ਚਲੋ ਫਿਰ ਬਾਬੋ ਕਰਾਂਗੇ ਦੋ ਮਿੰਟ ਖਲੋਓ ਗੱਡੀ ਪਹਿਲਾਂ ਸਟਾਰਟ ਕਰ ਲੈਂਦਾ ਠੰਡੀ ਹੋ ਜਾਏਗੀ ਥੋੜ੍ਹੀ ਹੁਣ ਠੀਕ ਹੋ ਗਈ ਹੈ ਹੁਣ ਛੱਡ ਫੁੱਲ ਦਿੱਤਾ ਤਾਂ ਠੰਡੀ ਹੋਣੀ ਹੈ ਠੰਡੀ ਹਵਾ ਨਾ 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 ਇੱਦਾਂ ਨਹੀਂ ਘੱਟਾ ਘੁੱਟਾ ਹੁੰਦਾ ਵਿੱਚ ਥੋੜ੍ਹਾ ਜਿਹਾ ਘਟਾ ਦੇ ਤਿੰਨ ਨੰਬਰ 'ਤੇ ਕਰ ਦੇ ਹਾਂ ਚਾਰ ਫੁੱਲ ਛੱਡ ਕੇ ਨਾ ਚਾਰਜਰ ਮੈਂ ਰੱਖ ਲਿਆ ਪਾਪਾ ਹੁਣ ਠੰਡੀ ਹਵਾ ਆਉਣ ਡਈ ਚੱਲ ਕਰ ਲਾ ਭਰਾਵਾ ਕਰ ਲਾ ਚਾਰਜਰ ਰੱਖ ਲਿਆ ਲੈ ਕਰ ਲਾ ਫੁੱਲ ਕਰ ਦੇ ਹੁਣ ਠੀਕ ਆ ਖਾਲਾ ਹਵਾ ਠੰਡੀ ਚੱਲੀ ਆਪਾਂ ਤਾਂ ਮੰਮਾ ਨਾਲ ਰਹਿੰਦੀ ਇੱਥੇ ਖੜਨਾ ਨਾਲ ਚਲੋ ਠੀਕ ਆ ਕਿਹੜੀ ਗੱਲੋਂ ਇੰਨਾ ਖੁਸ਼ ਹੋਣ ਡਿਆ ਉਹ ਕਿਹੜੀ ਗੱਲੋਂ ਉਹ ਆ ਗਈ ਅੰਮਾ ਹੁਣ ਅਗਮ ਨੇ ਕੀ ਪੀਣਾ ਅਜੇ ਗੰਨੇ ਵਾਲਾ ਜੂਸ ਦੋ ਸੂਟ ਕੱਲ ਦੇ ਸੀ ਲਏ ਆਪ ਤੇ ਤੀਜਾ ਇੱਥੇ ਦਿੱਤਾ ਸੀ ਸੀਪਣੇ ਉਹ ਵੀ ਹੁਣ ਲੈ ਕੇ ਤੇ ਫੇਰ ਹੀ ਜਾਣਾ ਨਹੀਂ ਮੈਂ ਦੋ ਸੀ ਤੇ ਤੀਜਾ ਦੀ ਰਹਿ ਗਏ ਜਾਏ ਅੱਜ ਜਾਣਾ ਤੇ ਕੱਲ ਉੱਥੋਂ ਤੁਰ ਪੈਣਾ ਇੰਨੇ ਸੂਟ ਨਹੀਂ ਆਹ ਜਿਹੜਾ ਆਂਟੀ ਕੋਲ ਹੁਣ ਤੀਜਾ ਨਹੀਂ ਆਂਟੀ ਕੋਲ ਮੈਂ ਦੋ ਕੱਲ ਮੈਂ ਇੱਕ ਕਮੀਜ਼ ਦੇ ਦੋ ਸਲਵਾਰਾਂ ਬਣਾਈਆਂ ਤੇ ਇਹ ਇੱਕ ਮਿੰਟ ਇਹਨੂੰ ਕਮੀਜ਼ ਤੇ ਮੈਂ ਆਂਟੀ ਤੋਂ ਹੀ ਕਮੀਜ਼ ਬਣਾ ਲਈ ਅੱਛਾ ਉਹਦਾ ਹੀ ਕਮੀਜ਼ ਆ ਠੀਕ ਆ ਮੈਂ ਹਾਂ ਵੀਰੇ ਤੇ ਜਹ ਲੈਣ ਗਈ ਨਹੀਂ ਨਹੀਂ ਉਹਦਾ ਕਮੀਜ਼ ਫਿਰ ਮੈਂ ਹਾਂ ਆਂਦਾ ਪੀਣਾ ਹੀ ਪੀਣਾ ਫਿਰ ਉਹ ਪਿਆ ਦਈਏ ਪਿਆਲ ਦੋ ਸਗੋਂ ਵਧੀਆ ਵਾ ਠੰਡੀ ਨਾਲੇ ਕੀ ਉਹ ਇਹ ਤੋਂ ਪਾਪਾ ਮੈਨੂੰ ਫਿਰ ਖਾਂਸੀ ਆ ਜਾਂਦਾ ਫਿਰ ਮੈਨੂੰ ਡਾਕਟਰ ਕੋ ਦਵਾਈ ਲਿਆ ਦਿਓ ਉਹਨੂੰ ਪਹਿਲਾਂ ਮਰਾ ਗੰਦਾ ਨਹੀਂ ਆਉਂਦੀ ਨਹੀਂ ਮੇਰਾ ਪੁੱਤ ਛੋਣਾ ਗੰਦਿਆਲਾ ਛੋਣਾ ਓਏ ਹੋਏ ਹੋਏ ਆ ਜਾ ਮੁਹੱਬਤ ਜਾਣਾ
ਮੱਛਰ ਲੜਿਆ ਤੇ ਇਹਨੇ ਕਿਤੇ ਖੁਰਕਿਆ ਹੋਣਾ ਵਾ ਤੇ ਉਹ ਓਦਣ ਦਾ ਹੋਇਆ ਇਹਦਾ। ਹੁਣ ਅਗਾਂ ਮੈਂ ਧਿਆਨ ਮੰਗਣਾ ਕਿਹੜੇ ਵਾਲਾ ਜੂਸ ਅਗਾਂ ਮੈਂ ਸ਼ਹਿਰਾਂ ਦੇ ਵਿੱਚ ਤੇ ਗਲੀਆਂ ਵੀ ਨਹੀਂ ਲੱਭਦੀਆਂ। ਮੈਂ ਪੁੱਛਣਾ ਗੱਡੀ ਗੱਡੀ ਇੱਥੇ ਲਾ ਦੋ ਇੱਥੇ ਲਾ ਦੋ ਇੱਥੇ ਕਿਹੜੇ ਕੋਈ ਹੈ ਉਹ ਪਰਲੇ ਦੀ ਲਾ ਦਿੰਦੇ ਆ ਕਰੋ ਹੈ ਨਾ ਨਹੀਂ ਸੇਮ ਹੀ ਗਲੀਆਂ ਵਰਗੀਆਂ ਗਲੀਆਂ ਮਹਾ ਹੀ ਪਹੁੰਚੇ ਘਰ ਤੱਕ। ਨਹੀਂ ਪਰ ਅਸੀਂ ਆਏ ਸਹੀ ਹੈ ਵੇਖਲਾ ਬਿਲਕੁਲ ਕੀ ਹੈ ਹੈਨੂੰ ਹਾਂ ਇੱਥੇ ਪਾ ਦੇ ਯਾਰ ਉਹ ਪਾਉਂਦੇ ਵੀ ਕਿਹੜੇ ਵਧੀਆ ਨੇ ਹਨਾ ਪਰ ਇੱਕ ਵਾਰੀ ਪਤਾ ਲੱਗ ਜੇ ਸਹੀ ਚੱਲਦੀ ਹੈ ਜੇ ਮਾੜੇ ਮੋਟੇ ਨੁਕਸ ਹੋਊਗਾ ਤੇ ਕਵਾਂਗੇ ਬਦਲ ਲਿਆ ਨਹੀਂ ਚੱਲੀ ਉੱਥੇ ਚਲਾ ਕੇ ਵੇਖੀ ਬਟਨ ਥੱਲੇ ਨਵ ਹੈਗਾ ਇਹ ਬਟਨ ਥੱਲੇ ਯਾਰ ਮੈਨੂੰ ਲੱਗਣ ਦਿਆ ਵਾ ਕਿ ਥੱਲੇ ਇੱਕ ਬਟਨ ਸੀ ਉਹ ਜਿਹੜੀ ਸਪੇਸ ਹਾਂ ਵਾ ਨਾ ਉੱਥੋਂ ਨਿਕਲਿਆ ਵਾ ਲੱਗਦਾ ਮੈਨੂੰ
ਹਾਂ ਜਿਹੜੀ ਵਿੱਚ ਥੋੜੀ ਜੀ ਹਾਂ ਇੱਥੇ ਕੁਛ ਫੇਰ ਹੁਣ ਅਗਮ ਹੁਣ ਹੈਗਾ ਨਾ ਲੈ ਪਤਾ ਨੀ ਲੱਗਣ ਦਿਆ ਪਿਛਲੇ ਬੰਨੇ ਤਾਂ ਪਤਾ ਹੀ ਨੀ ਲੱਗਾ ਵੀ ਇਹ ਲੈ ਅਗਮ ਆਹ ਕਾਲ ਆ ਗਈ ਇਹ ਚੱਲ ਗਈ ਅਗਮ ਦੀ ਗੱਡੀ ਚੱਲ ਗਈ ਹੁਣ ਵੇਖ ਕਿੰਨੀ ਖੁਸ਼ੀ ਹੋ ਰਹੀ ਹੈ ਵਾਹ ਅਗਮ ਨੂੰ ਗਿਫਟ ਮਿਲ ਗਿਆ ਹੁੰਦੇ ਹੀ ਹਨਾ ਅਗਮ ਅਗਮ ਅਗਲੇ ਨੇ ਪਹਿਲਾਂ ਹੀ ਸੁਣਾ ਦਿੱਤਾ ਸੀ ਮਾਸੀ ਵਾਲੀ JCB ਆਉਣੀ ਚਾਹੀਦੀ ਹੈ ਕਹਿੰਦੀ ਮੈਂ ਰਾਤੀ ਜਾ ਕੇ ਲੈ ਕੇ ਆਈ ਹਾਂ ਵੀ ਉਹਨੇ ਮੇਰੇ ਨਾਲ ਲੜਨਾ ਵਾ ਦੂਜੇ ਦੂਜੇ ਨੂੰ ਨਾ ਦੂਸਰੇ ਨੂੰ ਦੂਸਰੇ ਪਰ ਛਿਪਾਏ ਚਲੋ ਓਏ ਦੂਜੇ ਨਾ ਪਤੇ ਰਿਆ ਨੂੰ ਤੂੰ ਕਰ ਦੇ ਗਾਣੇ ਨੂੰ ਆ ਗਏ ਤੇ ਆਪ ਅੰਦਰ ਚਲ ਗਏ ਆ ਹੀ ਆ ਗਿਆ ਫੇਰ ਉਹੀ ਚਲੋ ਠੀਕ ਆ ਜੀ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਥੈਂਕਸ ਫੋਰ ਵਾਚਿੰਗ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਾ ਹੋਏ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵਧੀਆ ਅਤੇ ਨਵੇਂ ਨਵੇਂ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਜੇਕਰ ਤੁਸੀਂ ਸਾਡੇ ਦੂਜੇ ਚੈਨਲ 'ਤੇ ਵੀਡੀਓਜ਼ ਨਹੀਂ ਦੇਖੀ ਮਾਣ ਤਾਂ ਪਲੀਜ਼ ਉਸ ਨੂੰ ਵੀ ਜਾ ਕੇ ਦੇਖੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਉਸਦੇ ਹੁਣ ਤੱਕ 17 ਤੋਂ 18 ਪਾਰਟ ਜਿਹੜੇ ਆ ਉਹ ਆ ਗਏ ਨੇ